जलंधर के एक्साइज एंड टैक्सेशन विभाग ने जीरकपुर में एक बस से सोना और हीरे के 2 नंबर के गहने ले जा रहे एक व्यक्ति को काबू किया, जिससे 71,96,000 रुपए के गहने बरामद किए। विभाग ये जांच कर रहा है कि ये माल किस व्यापारी का है और इस पर 35 लाख के लगभग जुर्माना वसूला जाएगा। जलंधर से परमजीत के साथ बिक्की कंबो। एक बंदे 2 नंबर दे विच विदाउट डेक्लरेशन किसी जगह पे जीरकपुर तो दिल्ली लेके जा रहा सीगा जी, डायमंड्स एंड गोल्ड ज्वेलरी जिहदी वैल्यू 71,96,000 रुपये बनती है मार्केट के विच, उहदी एंड उहदी असी गवर्नमेंट वैल्यूअर कोलों वैल्यूअर लवाई है। उहदे विचों कुछ बिल भी बरामद होए है उन्हां दी तलाशी दौरान, उस उहदी ਉਹਨਾਂ ਨਾਲ ਟੈਲੀ ਕਰਨ ਤੇ ਆਲਮੋਸਟ ਵੈਲਿਊ ਪੂਰੀ ਬਰਾਬਰ ਮਿਲਦੀ ਹੈ ਜੋ ਉਹਨਾਂ ਕੋਲੋਂ ਇੰਡੀਪੈਂਡੈਂਟਲੀ ਅਸੀਂ ਲਵਾਈ ਅਸੈਸ ਕਰਵਾਈ ਵੈਲਿਊ ਤੇ ਜੋ ਐਕਚੁਅਲ ਉਹਨਾਂ ਨੇ ਕਾਗਜ਼ਾਂ ਦੇ ਵਿੱਚ ਮਿਲੀ ਹੋ, ਜਿਹਦੀ ਵੈਲਿਊ ਟੋਟਲ 71,96,000 ਰੁਪਏ ਬਣਦੀ ਹੈ। ਸੈਕਸ਼ਨ 51(6) ਦੇ ਵਿੱਚ ਇਹਨੂੰ ਡਿਟੇਨ ਕੀਤਾ ਗਿਆ, 51(7) ਦੇ ਵਿੱਚ ਅਸੀਂ ਪੀ ਵੈਟ ਐਕਟ ਦੇ 51(7) ਦੇ ਵਿੱਚ ਅਸੀਂ ਇਹਨੂੰ ਪੈਨਲਟੀ ਲਾਵਾਂਗੇ। ਐਂਡ ਇਹਦੇ ਕੋਲ ਇਹਦੀ ਸਾਡੇ ਕੋਲ ਪਹਿਲਾਂ ਇਨਫੋਰਮੇਸ਼ਨ ਸੀ ਸਾਡੇ ਅਫਸਰਾਂ ਕੋਲ, ਐਂਡ ਇਨਫੋਰਮੇਸ਼ਨ ਮਤਲਬ ਕਿ ਪਿਛਲੇ ਆਲਮੋਸਟ 2-3 ਦਿਨ ਤੋਂ ਐਫਰਟ ਕਰ ਰਹੇ ਸੀ ਅਤੇ ਪਹਿਲਾਂ ਇਨਫੋਰਮੇਸ਼ਨ ਹੋਣ ਦੇ ਬਾਵਜੂਦ ਤਾਂ ਹੀ ਉਹਦੇ ਬਾਅਦ ਸਕਸੈਸਫੁਲ ਹੋ ਸਕੇ। ਨਹੀਂ ਉਹਨਾਂ ਨੇ ਸਿਰਫ ਇਹ ਨਹੀਂ ਦੱਸਿਆ, ਕਿਉਂਕਿ ਡਿਫਰੈਂਟ ਪਾਰਟੀਆਂ ਕੋਲੋਂ ਪੰਜਾਬ ਤੋਂ ਜਿਵੇਂ ਪੰਜਾਬ ਤੋਂ ਜਾਂ ਕਿਤੋਂ ਵੱਖਰੀ ਵੱਖਰੀ ਜਗ੍ਹਾ ਤੋਂ ਕਲੈਕਟ ਕਰਦੇ ਆ, ਉਹ ਨਹੀਂ ਉਹਨੇ ਦੱਸਿਆ। ਉਹ ਜਦੋਂ ਅਪੀਅਰ ਹੋਏਗਾ ਉਹਦੀ ਹਾਜ਼ਰੀ ਪਾਈ ਹੈ, ਅਸੀਂ ਜਦੋਂ ਮਾਲ ਫੜਿਆ ਸੀ ਉਹਦੀ ਪ੍ਰੋਪਰ ਵੀਡੀਓ ਰਿਕਾਰਡਿੰਗ ਕੀਤੀ ਹੈ, ਬਾਅਦ 'ਚ ਫੜਨ ਤੋਂ ਬਾਅਦ ਜਦੋਂ ਉਹਦੀ ਵੈਲਿਊ ਅਸੈਸ ਕਰਵਾਈ ਹੈ ਤਾਂ ਵੀ ਉਹਦੀ ਵੀਡੀਓ ਰਿਕਾਰਡਿੰਗ ਕੀਤੀ ਹੈ, ਅਤੇ ਤਾਂ ਕਿ ਮਾਲ ਵੀ ਪ੍ਰੋਪਰ ਉਹਨਾਂ ਦੀ ਹਾਜ਼ਰੀ ਦੇ ਵਿੱਚ ਉਹਦੀ ਵੈਰੀਫਿਕੇਸ਼ਨ ਹੋ ਸਕੇ।